ਸਤਿ ਸ੍ਰੀ ਅਕਾਲ ਪੰਜਾਬ ਭਾਰਤ ਤੇ ਕੈਨੇਡਾ ਦੀਆਂ ਇੰਗਲਿਸ਼ ਹਿੰਦੀ ਪੰਜਾਬੀ ਅਤੇ ਗੁਜਰਾਤੀ ਦੀਆਂ ਖਬਰਾਂ ਦੇ ਇੱਕਮਾਤਰ ਪੋਰਟਲ ਇੰਡੀਅਨ ਟਾਈਮਸ ਡੇਲੀ ਡੋਟ ਕੋਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਵਿੱਚ ਤੁਹਾਨੂੰ ਸਥਾਪਿਤ ਕਾਰੋਬਾਰਾਂ ਅਤੇ ਸਾਧਨਾਂ ਦੀ ਜਾਣਕਾਰੀ ਵੀ ਮਿਲੇਗੀ। ਮੇਰਾ ਨਾਮ ਅਨੁਜਾ ਕਸ਼ਯਪ ਹੈ ਅਤੇ ਅੱਜ ਦੀਆਂ ਮੁੱਖ ਖਬਰਾਂ ਹਨ। ਪੰਜਾਬ ਵਿੱਚ ਭਗਵੰਤ ਮਾਨ ਨੇ ਕਾਂਗਰਸ ਅਤੇ ਐਸਏਡੀ ਬੀਜੇਪੀ ਉੱਤੇ ਪੰਜਾਬ ਨੂੰ ਬਰਬਾਦ ਕਰਨ ਦਾ ਆਰੋਪ ਲਗਾਇਆ ਅਤੇ ਸੀਐਮ ਮਨੋਹਰ ਲਾਲ ਖੱਟਰ ਨੇ ਨਿਤਿਨ ਗਡਕਰੀ ਤੋਂ ਐਸਵਾਈਐਲ ਨਹਿਰ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਦੇ ਲਈ ਦਖਲਅੰਦਾਜ਼ੀ ਦੀ ਮੰਗ ਕੀਤੀ। ਭਾਰਤ ਵਿੱਚ ਸੈਨਾ ਪ੍ਰਮੁੱਖ ਬਿਪਿਨ ਰਾਵਤ ਨੇ ਕਿਹਾ ਹੈ ਕਿ ਪੱਛਮੀ ਅਤੇ ਉੱਤਰੀ ਦੋਨੋਂ ਸੀਮਾਵਾਂ ਵਿੱਚ ਅਸਲੀ ਯੁੱਧ ਦਾ ਖਤਰਾ ਹੈ ਅਤੇ ਬੈਂਗਲੁਰੂ ਦੀ ਸੀਨੀਅਰ ਪੱਤਰਕਾਰ ਅਤੇ ਸਮਾਜਿਕ ਕਾਰਜਕਰਤਾ ਗੌਰੀ ਲੰਕੇਸ਼ ਦਾ ਰਾਜ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਕੈਨੇਡਾ ਵਿੱਚ ਸਰਕਾਰ ਛੋਟੇ ਬਿਜ਼ਨਸਿਸ ਨੂੰ ਦਿੱਤੇ ਗਏ ਟੈਕਸ ਪਲਾਨ ਨੂੰ ਵਾਪਸ ਨਹੀਂ ਲਵੇਗੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਾਈਲਡਫਾਇਰ ਮੌਸਮ ਦਾ ਅਸਰ ਲੌਗਿੰਗ ਇੰਡਸਟਰੀ ਉੱਤੇ ਲੰਬੇ ਸਮੇਂ ਤੱਕ ਰਹਿਣ ਵਾਲਾ ਹੈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਪੰਜਾਬ, ਭਾਰਤ ਤੇ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਚੱਲ ਵਾਪਸ ਆਵਾਂਗੇ। नई आवाज इंडियन म्यूजिक लैब आर्टिस्ट ऑफ द मंथ पावर्ड बाय पतंजलि केश कांती सिर्फ सोनी मिक्स और सोनी रॉक्स HD पर। इंडियन टाइम्स डेली ते थोड़ा सारिया दा स्वागत है। पंजाब दियां 10 मुख खबरां हन। आम आदमी पार्टी ਦੇ ਪੰਜਾਬ ਅਧਿਆਕਸ਼ ਭਗਵੰਤ ਮਾਨ ਨੇ ਕਾਂਗਰਸ ਅਤੇ ਐਸਡੀ ਬੀਜੇਪੀ ਨੂੰ ਫਟਕਾਰ ਲਗਾਈ। ਮਾਨ ਨੇ ਇਹਨਾਂ ਦੋਨਾਂ ਨੂੰ ਪਿਛਲੇ 25 ਸਾਲਾਂ ਦੇ ਦੌਰਾਨ ਭ੍ਰਿਸ਼ਟਾਚਾਰ ਅਤੇ ਅਵਿਵਸਥਾ ਦੇ ਜ਼ਰੀਏ ਪੰਜਾਬ ਨੂੰ ਪੂਰੀ ਤਰ੍ਹਾਂ ਨਾਲ ਬਰਬਾਦ ਕਰਨ ਦੇ ਲਈ ਜ਼ਿੰਮੇਵਾਰ ਦੱਸਿਆ ਹੈ। ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਨੇ ਕੇਂਦਰੀ ਜਲ ਸੰਸਾਧਨ ਮੰਤਰੀ ਨਿਤਿਨ ਗਡਕਰੀ ਤੋਂ ਅਨੁਰੋਧ ਕੀਤਾ ਹੈ ਕਿ ਉਹ ਐਸਵਾਈਐਲ ਨਹਿਰ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਦੇ ਲਈ ਦਖਲ ਅੰਦਾਜ਼ ਕਰਨ। ਖੱਟਰ ਨੇ ਦੱਸਿਆ ਹੈ ਕਿ ਉਹਨਾਂ ਨੇ ਗਡਕਰੀ ਨੂੰ ਅਵਗਤ ਕਰਵਾਇਆ ਸੀ ਕਿ ਪਾਣੀ ਦੇ ਲਈ ਤਰਸਦੇ ਇਸ ਰਾਜ ਦੇ ਲਈ ਐਸਵਾਈਐਲ ਇੱਕ ਜੀਵਨ ਰੇਖਾ ਹੈ। ਐਸਡੀ ਨੇ ਪੰਜਾਬ ਸਰਕਾਰ ਦੇ ਵਿਸ਼ਾਲ ਰੋਜ਼ਗਾਰ ਮੇਲੇ ਨੂੰ ਵੱਡੀ ਧੋਖਾਧੜੀ ਦੱਸਿਆ ਹੈ। ਆਰੋਪ ਲਗਾਇਆ ਹੈ ਕਿ ਯੁਵਾਵਾਂ ਨੂੰ ਸਰਕਾਰੀ ਨੌਕਰੀਆਂ ਤੋਂ ਵੰਚਿਤ ਕੀਤਾ ਗਿਆ ਹੈ ਅਤੇ ਬਦਲੇ ਵਿੱਚ ਉਨ੍ਹਾਂ ਦੇ ਹੱਥ ਵਿੱਚ ਉਨ੍ਹਾਂ ਨਿੱਜੀ ਕੰਪਨੀਆਂ ਦੇ ਨਿਯੁਕਤੀ ਪੱਤਰ ਥਮਾ ਦਿੱਤੇ ਗਏ ਹਨ ਜਿੱਥੇ ਤਕਨੀਕੀ ਸੰਸਥਾਨਾਂ ਦੇ ਅਭਿਆਨ ਦੇ ਤਹਿਤ ਪਹਿਲਾਂ ਤੋਂ ਹੀ ਉਨ੍ਹਾਂ ਨੂੰ ਨਿਯਮਿਤ ਤੌਰ ਉੱਤੇ ਨਿਯੁਕਤ ਕੀਤਾ ਜਾ ਰਿਹਾ ਸੀ। ਪੰਜਾਬ ਸਰਕਾਰ ਨੇ ਖੇਤੀਬਾੜੀ ਵਿਭਾਗ ਨੂੰ ਇੱਕ ਮੋਬਾਈਲ ਐਪ ਸ਼ੁਰੂ ਕਰਨ ਦੇ ਲਈ ਕਿਹਾ ਹੈ ਜਿਸ ਦੇ ਜ਼ਰੀਏ ਕਿਸਾਨਾਂ ਨੂੰ ਪਰਾਲੀ ਪ੍ਰਬੰਧ ਦੇ ਲਈ ਮਸ਼ੀਨਰੀ ਦੀ ਉਪਲਬਧਤਾ ਅਤੇ ਉਪਯੋਗ ਦੇ ਬਾਰੇ ਵਿੱਚ ਜਾਣਕਾਰੀ ਪਹੁੰਚਾਈ ਜਾ ਸਕੇ। ਪਰਾਲੀ ਜਲਾਉਣ ਨੂੰ ਲੈ ਕੇ ਪੰਜਾਬ ਸਰਕਾਰ ਨੂੰ NGT ਦੁਆਰਾ ਫਟਕਾਰ ਲਗਾਈ ਗਈ ਹੈ। ਪੰਜਾਬ ਪੁਲਿਸ ਨੇ ਡੇਰਾ ਦੇ 8 ਅਨੁਯਾਇਓ ਨੂੰ ਗ੍ਰਿਫਤਾਰ ਕਰ ਲਿੱਤਾ ਹੈ। ਇਹਨਾਂ ਲੋਕਾਂ ਉੱਤੇ ਆਰੋਪ ਹੈ ਕਿ ਇਹਨਾਂ ਨੇ 25 ਅਗਸਤ ਨੂੰ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਕਥਿਤ ਤੌਰ ਉੱਤੇ ਕੋਟਕਪੁਰਾ ਦੇ ਇੱਕ ਪੈਟਰੋਲ ਪੰਪ ਉੱਤੇ ਹਮਲਾ ਕੀਤਾ। ਸਫੇਦ ਮੱਖੀ ਦੇ ਬਾਅਦ ਹੁਣ ਬੈਕਟੀਰੀਅਲ ਹਮਲੇ ਤੋਂ ਬਠਿੰਡਾ, ਮਾਨਸਾ, ਮੁਕਤਸਰ, ਫਿਰੋਜ਼ਪੁਰ, ਸੰਗਰੂਰ, ਬਰਨਾਲਾ, ਫਰੀਦਕੋਟ ਅਤੇ ਮੋਗਾ ਜ਼ਿਲ੍ਹਿਆਂ ਵਿੱਚ ਕਪਾਸ ਦੀ ਖੇਤੀ ਬਰਬਾਦ ਹੋ ਰਹੀ ਹੈ। ਖੇਤੀਬਾੜੀ ਵਿਭਾਗ ਨੇ ਨੁਕਸਾਨ ਦੀ ਮਾਤਰਾ ਦਾ ਆਕਲਨ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਆਖਿਰਕਾਰ ਉਸ ਬੰਦੇ ਨੂੰ ਨੌਕਰੀ ਦੇ ਦਿੱਤੀ ਜਿਸ ਦੀ ਮੁਖਬਰੀ ਤੋਂ 2010 ਵਿੱਚ ਗੁਰਦਾਸਪੁਰ ਜ਼ਿਲ੍ਹੇ ਵਿੱਚ ਦੋ ਪਾਕਿਸਤਾਨੀ ਆਤੰਕਵਾਦੀਆਂ ਨੂੰ ਮਾਰ ਸੁੱਟਿਆ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੁਆਰਾ ਰਾਜ ਸਰਕਾਰ ਨੂੰ ਫਟਕਾਰ ਲਗਾਏ ਜਾਣ ਦੇ ਬਾਅਦ ਇਹ ਕਦਮ ਚੁੱਕਿਆ ਗਿਆ। ਗੁਰੂਗ੍ਰਾਮ ਦੇ ਇੱਕ ਨਿਵਾਸੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਖੁਦ ਨੂੰ PM ਨਰਿੰਦਰ ਮੋਦੀ ਦਾ ਮੁੱਖ ਸਚਿਵ ਦੱਸਦਾ ਸੀ। ਉਸਦੇ ਕੋਲੋਂ ਅਮਰੀਕਨ ਪਾਸਪੋਰਟ ਬਰਾਮਦ ਹੋਏ ਹੈ। 53 ਸਾਲ ਦੇ ਅਤੁਲ ਕਾਲਸੀ ਨੇ ਖੁਦ ਨੂੰ ਇੱਕ ਉੱਚ ਅਧਿਕਾਰੀ ਦੱਸਦੇ ਹੋਏ ਕਥਿਤ ਰੂਪ ਤੋਂ ਕਈ ਸੀਨੀਅਰ ਅਧਿਕਾਰੀਆਂ ਨੂੰ ਕਾਲ ਕੀਤਾ ਸੀ। ਪੰਜਾਬ ਸਰਕਾਰ ਨੇ 12 ਸਪਤੰਬਰ ਨੂੰ ਪਬਲਿਕ ਹੋਲੀਡੇ ਘੋਸ਼ਿਤ ਕੀਤਾ ਹੈ। ਇਹ ਦਿਨ ਸਾਰਾਗੜ੍ਹੀ ਦੇ ਇਤਿਹਾਸਿਕ ਯੁੱਧ ਦੀ ਯਾਦ ਵਿੱਚ ਸਾਰਾਗੜ੍ਹੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਏਗਾ। ਪਾਵਰ ਫੇਲੀਅਰ ਦੇ ਕਾਰਨ ਬੁੱਧਵਾਰ ਸਵੇਰੇ ਅੰਮ੍ਰਿਤਸਰ ਫਗਵਾੜਾ ਰੇਲ ਸੈਕਸ਼ਨ ਉੱਤੇ ਕਰੀਬ 4 ਘੰਟਿਆਂ ਤੱਕ ਰੇਲ ਯਾਤਾਇਆਤ ਠੱਪ ਰਿਹਾ। ਓਵਰਬ੍ਰਿਜ ਦੀ ਰੇਲਿੰਗ ਤੋਂ ਇੱਕ ਕਾਰ ਦੇ ਟਕਰਾ ਜਾਣ ਦੇ ਬਾਅਦ ਇਹ ਪਰੇਸ਼ਾਨੀ ਪੈਦਾ ਹੋਈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਭਾਰਤ ਅਤੇ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਚੱਲ ਵਾਪਸ ਆਵਾਂਗੇ। ਇੰਡੀਅਨ ਟਾਈਮਸ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇੰਡੀਆ ਦੀਆਂ 10 ਮੁੱਖ ਖਬਰਾਂ ਹਨ। ਸੈਨਾ ਪ੍ਰਮੁੱਖ ਬਿਪਿਨ ਰਾਵਤ ਨੇ ਕਿਹਾ ਹੈ ਕਿ ਦੇਸ਼ ਨੂੰ ਦੋ ਮੋਰਚਿਆਂ ਉੱਤੇ ਇਕੱਠੇ ਯੁੱਧ ਲੜਨ ਦੀ ਤਿਆਰੀ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਪੱਛਮੀ ਅਤੇ ਉੱਤਰੀ ਦੋਨੋਂ ਸੀਮਾਵਾਂ ਵਿੱਚ ਵਾਸਤਵਿਕ ਯੁੱਧ ਦਾ ਖਤਰਾ ਅਸਲੀ ਹੈ ਅਤੇ ਪਰਮਾਣੂ ਬੰਬ ਜਾਂ ਸੈਨਾ ਸ਼ਕਤੀ ਵਰਗਾ ਵਿਰੋਧ ਵੀ ਇਸ ਨੂੰ ਨਹੀਂ ਰੋਕ ਸਕਦੇ। ਬੁੱਧਵਾਰ ਨੂੰ ਬੈਂਗਲੁਰੂ ਦੀ ਸੀਨੀਅਰ ਪੱਤਰਕਾਰ ਅਤੇ ਸਮਾਜਿਕ ਕਾਰਜਕਰਤਾ ਗੌਰੀ ਲੰਕੇਸ਼ ਦਾ ਰਾਜ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇੱਕ ਦਿਨ ਪਹਿਲਾਂ 3 ਅਗਿਆਤ ਹਮਲਾਵਰਾਂ ਨੇ ਗੋਲੀ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਸੀ ਜਿਸ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਪ੍ਰਦਰਸ਼ਨ ਕੀਤੇ ਗਏ ਅਤੇ ਇਸ ਹੱਤਿਆ ਦੀ ਨਿੰਦਾ ਕੀਤੀ ਗਈ। ਹੱਤਿਆ ਦੀ ਜਾਂਚ ਇੱਕ ਵਿਸ਼ੇਸ਼ ਜਾਂਚ ਦਲ ਦੁਆਰਾ ਕੀਤੀ ਜਾ ਗਈ।
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਗਊ ਰਕਸ਼ਾ ਵਰਗੀ ਚੀਜ਼ਾਂ ਨੂੰ ਰੋਕਣ ਦੀ ਜ਼ਰੂਰਤ ਹੈ ਅਤੇ ਕਾਨੂੰਨ ਇਸ ਸਭ ਦੀ ਇਜਾਜ਼ਤ ਨਹੀਂ ਦਿੰਦੀ। ਕੋਰਟ ਨੇ ਰਾਜਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਹਰ ਜ਼ਿਲ੍ਹੇ ਵਿੱਚ ਨੋਡਲ ਆਫੀਸਰਸ ਤੈਨਾਤ ਕਰਨ ਤਾਂ ਕਿ ਹਿੰਸਕ ਘਟਨਾਵਾਂ ਨੂੰ ਰੋਕਿਆ ਜਾ ਸਕੇ ਅਤੇ ਅਪਰਾਧੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਸਕੇ। ਭਾਰਤ ਨੇ ਮਿਆਂਮਾਰ ਦੇ ਨਾਲ ਦੇਸ਼ ਦੀ ਰੱਖੀ ਨੇ ਰਾਜ ਦੀ ਪਰਿਸਥਿਤੀ ਉੱਤੇ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ, ਜਿੱਥੇ ਸੈਨਾ ਰੋਹਿੰਗਿਆ ਉੱਤੇ ਕਾਰਵਾਈ ਕਰ ਰਹੀ ਹੈ ਜਿਸ ਤੋਂ ਲੋਕ ਵੱਡੇ ਪੈਮਾਨੇ ਉੱਤੇ ਪਲਾਇਨ ਕਰ ਰਹੇ ਹਨ। ਭਾਰਤ ਨੇ ਉੱਥੇ ਦੇ ਸਾਰੇ ਪਦਾਧਿਕਾਰੀਆਂ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਚਾਏ ਰੱਖਣ ਦਾ ਅਨੁਰੋਧ ਕੀਤਾ ਹੈ। ਕਸ਼ਮੀਰ ਦੇ ਸੀਨੀਅਰ ਅਲਗਾਵਵਾਦੀ ਨੇਤਾ ਸੈਯਦ ਅਲੀ ਗਿਲਾਨੀ, ਮਿਰਵਾਈਜ਼ ਉਮੇਰ ਫਾਰੂਕ ਅਤੇ ਮੁਹੰਮਦ ਯਾਸੀਨ ਮਲਿਕ 9 ਸਪਤੰਬਰ ਨੂੰ NIA ਦੇ ਹੈੱਡਕੁਆਰਟਰ ਵਿੱਚ ਖੁਦ ਦੀ ਗ੍ਰਿਫਤਾਰੀ ਦੇਣਗੇ ਅਤੇ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਐਂਟੀ ਟੈਰਰ ਏਜੰਸੀ ਦੁਆਰਾ ਕੀਤੀ ਜਾ ਰਹੀ ਛਾਪੇਮਾਰੀ ਤੋਂ ਉਹਨਾਂ ਨੂੰ ਨਹੀਂ ਰੋਕ ਸਕਦੀ। ਸੁਪਰੀਮ ਕੋਰਟ ਨੇ ਕੇਂਦਰ ਤੋਂ ਉਹਨਾਂ ਰਾਜਨੇਤਾਵਾਂ ਦੇ ਖਿਲਾਫ਼ ਜਾਂਚ ਦਾ ਬਿਊਰਾ ਮੰਗਿਆ ਹੈ ਜਿਨ੍ਹਾਂ ਦੀ ਇਨਕਮ ਘੱਟ ਸਮੇਂ ਵਿੱਚ ਹੀ ਕਈ ਗੁਣਾ ਵੱਧ ਗਈ ਹੈ। ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫੋਰਮਸ ਦੇ ਅਨੁਸਾਰ ਲੋਕ ਸਭਾ ਦੇ 4 ਮੌਜੂਦਾ ਸਾਂਸਦ ਦੀ ਸੰਪਤੀ ਵਿੱਚ 12 ਗੁਣਾ ਵਾਧਾ ਹੋਇਆ ਹੈ, ਜਦਕਿ 22 ਹੋਰ ਲੋਕਾਂ ਦੀ ਪੂੰਜੀ ਵਿੱਚ 5 ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਬਿਹਾਰ ਦੀ ਇੱਕ ਅਦਾਲਤ ਨੇ JDU ਦੀ MLC ਮਨੋਰਮਾ ਦੇਵੀ ਅਤੇ ਬੇਟੇ ਰਾਕੇਸ਼ ਕੁਮਾਰ ਰੰਜਨ ਉਰਫ ਰੌਕੀ ਯਾਦਵ ਅਤੇ 2 ਹੋਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਗਯਾ ਵਿੱਚ ਸੜਕ ਉੱਤੇ ਲੜਾਈ ਦੇ ਮਾਮਲੇ ਵਿੱਚ 12ਵੀਂ ਕਲਾਸ ਦੇ ਵਿਦਿਆਰਥੀ ਆਦਿਤਯ ਸਚਦੇਵਾ ਦੀ ਹੱਤਿਆ ਦੇ ਆਰੋਪ ਵਿੱਚ ਸੁਣਾਈ ਗਈ ਹੈ। ਰੌਕੀ ਨੇ ਗੁੱਸੇ ਵਿੱਚ ਆਦਿਤਯ ਉੱਤੇ ਗੋਲੀ ਚਲਾ ਦਿੱਤੀ ਸੀ ਕਿਉਂਕਿ ਉਸ ਨੌਜਵਾਨ ਨੇ ਉਸਦੀ SUV ਨੂੰ ਓਵਰਟੇਕ ਕੀਤਾ ਸੀ। GJM ਦੇ ਸਾਬਕਾ ਅਸਿਸਟੈਂਟ ਜਨਰਲ ਸੈਕਟਰੀ ਬਿਨਾਏ ਤਮਾਂਗ ਨੇ ਨਾਰਥ ਵੈਸਟ ਬੰਗਾਲ ਦੀ ਪਹਾੜੀਆਂ ਵਿੱਚ ਸ਼ਾਂਤੀ ਦੀ ਬਹਾਲੀ ਦੀ ਮੰਗ ਕਰਦੇ ਹੋਏ ਦਾਰਜ਼ਲਿੰਗ ਵਿੱਚ ਕੈਂਡਲ ਲਾਈਟ ਰੈਲੀ ਦਾ ਨੇਤ੍ਰਿਤਵ ਕੀਤਾ। 5 ਦਿਨ ਪਹਿਲਾਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਆਰੋਪ ਵਿੱਚ ਉਹਨਾਂ ਨੂੰ ਨਿਸ਼ਕਾਸ਼ਿਤ ਕਰ ਦਿੱਤਾ ਗਿਆ ਸੀ। ਆਪਣੀ ਰੈਲੀ ਨੂੰ ਗੈਰ ਰਾਜਨੀਤਿਕ ਦੱਸਦੇ ਹੋਏ ਤਮਾਂਗ ਨੇ ਕਿਹਾ ਹੈ ਕਿ ਉਹਨਾਂ ਨੂੰ ਸਥਾਨੀ ਲੋਕਾਂ ਤੋਂ ਸਕਾਰਾਤਮਕ ਪ੍ਰਤੀਕਿਰਿਆ ਮਿਲ ਰਹੀ ਹੈ। ਬੁੱਧਵਾਰ ਨੂੰ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਧਮਾਕੇਦਾਰ ਬੱਲੇਬਾਜ਼ੀ ਦੀ ਬਦੌਲਤ ਮਹਿਮਾਨ ਟੀਮ ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਇੱਕਮਾਤਰ T20 ਮੈਚ ਵਿੱਚ ਜਿੱਤ ਦੇ ਨਾਲ ਇਸ ਦੌਰੇ ਨੂੰ 9-0 ਨਾਲ ਖਤਮ ਕੀਤਾ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵਿਦੇਸ਼ੀ ਦੌਰੇ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਸਾਰੇ ਮੈਚਾਂ ਵਿੱਚ ਰਿਕਾਰਡ ਜਿੱਤ ਦਰਜ ਕੀਤੀ ਹੋਵੇ। ਬਾਲੀਵੁੱਡ ਦੇ ਮੇਗਾ ਸਟਾਰ ਅਮਿਤਾਭ ਬੱਚਨ ਅਤੇ ਦਿੱਗਜ ਅਦਾਕਾਰਾ ਅਤੇ ਰਾਜਨੀਤਿਕ ਹੇਮਾ ਮਾਲਿਨੀ ਨੇ ਵਾਦੀ ਕਸ਼ਮੀਰ ਵਿੱਚ ਅਭਿਆਨ ਕੀਤਾ ਹੈ। ਇਹ ਇੱਕ ਸ਼ਾਰਟ ਫਿਲਮ ਹੈ ਜਿਸ ਦਾ ਉਦੇਸ਼ ਏਕਤਾ ਦਾ ਸੰਦੇਸ਼ ਫੈਲਾਉਣਾ ਹੈ। ਫਿਲਮ ਦੀ ਸ਼ੁਰੂਆਤ ਵਿੱਚ ਅਮਿਤਾਭ ਇੱਕ ਮਹੱਤਵਪੂਰਨ ਸੰਦੇਸ਼ ਦਿੰਦੇ ਹਨ ਜਿਸ ਵਿੱਚ ਕਸ਼ਮੀਰ ਦੇ ਪਹਾੜਾਂ, ਹਰਿਆਲਿਆਂ ਅਤੇ ਸ਼ਿਕਾਰਾਂ ਦੀ ਝਲਕ ਦਿਖਾਈ ਦਿੰਦੀ ਹੈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦ ਵਾਪਸ ਆਵਾਂਗੇ। ਕਰੋਲ ਬਾਗ ਜਵੈਲਰਸ, ਗਹਿਣਿਆਂ ਦੇ ਲੇਟੈਸਟ ਡਿਜ਼ਾਈਨ ਲਈ ਪਹਿਲੀ ਚੁਆਇਸ। ਸੋਨੇ ਅਤੇ ਹੀਰੇ ਦੇ ਸੈੱਟ, ਚੂੜੀਆਂ ਅਤੇ ਕੜੇ, ਚੇਨ, ਜੜਾਊ ਸੈੱਟ ਅਤੇ ਹੋਰ ਵੀ ਕਈ ਗਹਿਣਿਆਂ ਤੇ ਸਪੈਸ਼ਲ ਡਿਸਕਾਊਂਟ। ਸਭ ਤੋਂ ਵੱਡੀ ਚੁਆਇਸ, ਬਿਹਤਰੀਨ ਸਰਵਿਸ ਅਤੇ ਸਭ ਤੋਂ ਵਾਜਿਬ ਰੇਟਾਂ ਲਈ ਆਓ ਕਰੋਲ ਬਾਗ ਜਵੈਲਰਸ ਅਤੇ ਰੂਪ ਜਵੈਲਰਸ। ਕਰੋਲ ਬਾਗ ਜਵੈਲਰਸ, 1098 ਪੀਟਰ ਰੋਬਰਟਸਨ ਬੁਲੇਵਾਰਡ, ਬ੍ਰੈਂਪਟਨ। ਰੂਪ ਜਵੈਲਰਸ, 503 ਰੇ ਲੋਸਨ ਬੁਲੇਵਾਰਡ, ਬ੍ਰੈਂਪਟਨ। IndianTimesDaily.com ਤੇ ਤੁਹਾਡਾ ਸਾਰਿਆਂ ਦਾ ਫੇਰ ਤੋਂ ਸਵਾਗਤ ਹੈ। ਕੈਨੇਡਾ ਦੀਆਂ 10 ਮੁੱਖ ਖਬਰਾਂ ਹਨ। ਸਰਕਾਰ ਛੋਟੇ ਬਿਜ਼ਨੈਸਸ ਨੂੰ ਦਿੱਤੇ ਗਏ ਟੈਕਸ ਪਲਾਨ ਨੂੰ ਵਾਪਸ ਨਹੀਂ ਲਵੇਗੀ ਜਿਸ ਤੋਂ ਉਸਦੇ ਮਾਲਕਾਂ ਨੂੰ ਅਨੁਚਿਤ ਲਾਭ ਮਿਲਦਾ ਹੈ। PM ਜਸਟਿਨ ਟਰੂਡੋ ਨੇ ਲਿਬਰਲ ਕੌਕਸ ਰੀਟਰੀਟ ਦੀ ਸ਼ੁਰੂਆਤ ਕਰਦੇ ਹੋਏ ਇਹ ਗੱਲ ਕਹੀ ਅਤੇ ਇਹ ਵੀ ਕਿਹਾ ਕਿ ਸਰਕਾਰ ਇਸ ਦਾ ਹੱਲ ਕੱਢਣ ਦੇ ਲਈ ਕੋਈ ਹੋਰ ਤਰੀਕਾ ਲੱਭੇਗੀ। ਬ੍ਰਿਟਿਸ਼ ਕੋਲੰਬੀਆ ਦੇ ਵਾਈਲਡ ਫਾਇਰ ਮੌਸਮ ਦਾ ਅਸਰ ਲੌਗਿੰਗ ਇੰਡਸਟਰੀ ਉੱਤੇ ਲੰਬੇ ਟਾਈਮ ਤੱਕ ਰਹਿਣ ਵਾਲਾ ਹੈ। ਅੰਦਾਜ਼ਾ ਲਗਾਇਆ ਗਿਆ ਹੈ ਕਿ ਕਰੀਬ 53 ਮਿਲੀਅਨ ਕਿਊਬਿਕ ਮੀਟਰ ਟਿੰਬਰ ਜਲ ਚੁੱਕਿਆ ਹੈ ਜਿਸ ਦੇ ਲਈ ਉਹਨਾਂ ਵਿੱਚੋਂ ਕੁਝ ਵੇਚੇ ਜਾ ਸਕਦੇ ਹਨ ਜਾਂ ਨਹੀਂ ਇਸ ਦੀ ਤੁਰੰਤ ਕੋਸ਼ਿਸ਼ ਕਰਨੀ ਹੋਵੇਗੀ ਅਤੇ ਰੀਫੋਰਸਟੇਸ਼ਨ ਦੀ ਲੰਬੀ ਯੋਜਨਾ ਬਣਾਉਣੀ ਹੋਵੇਗੀ। ਹਰੀਕੇ ਨਿਰਮਾ ਦੇ ਆਉਣ ਤੋਂ ਪਹਿਲਾਂ ਡੋਮਿਨਿਕਨ ਰਿਪਬਲਿਕ ਤੋਂ ਆਪਣੇ ਸਾਰੇ ਪ੍ਰਯਟਕਾਂ ਨੂੰ ਕੱਢਣ ਦੇ ਲਈ ਏਅਰ ਟ੍ਰਾਂਜ਼ਿਟ ਇੱਕ ਇਵੈਕੂਏਸ਼ਨ ਆਪਰੇਸ਼ਨ ਸ਼ੁਰੂ ਕਰਨ ਜਾ ਰਿਹਾ ਹੈ। ਉਹ ਕਰੀਬ 10 ਵਿਮਾਨਾਂ ਨੂੰ ਕੈਰੇਬੀਅਨ ਦੇਸ਼ਾਂ ਵਿੱਚ ਭੇਜ ਰਿਹਾ ਹੈ ਤਾਂ ਕਿ ਮੁਸਾਫਿਰਾਂ ਨੂੰ ਕੈਨੇਡਾ ਵਾਪਸ ਲਿਆਇਆ ਜਾ ਸਕੇ ਅਤੇ ਬਾਅਦ ਵਿੱਚ ਫੇਰ ਤੋਂ ਜਾਣ ਦੇ ਲਈ ਇੱਕ ਤਾਰੀਖ ਵੀ ਮੁਹੱਈਆ ਕਰਾਏਗੀ। ਫੈਡਰਲ ਸਰਕਾਰ ਨੇ ਪੁਰਾਣੇ ਅੰਬੈਸਡਰ ਬ੍ਰਿਜ ਦੀ ਜਗ੍ਹਾ ਇੱਕ ਨਵੇਂ ਬ੍ਰਿਜ ਦੇ ਨਿਰਮਾਣ ਦੀ ਮਨਜ਼ੂਰੀ ਦੇ ਦਿੱਤੀ ਹੈ ਜੋ ਓਨਟੇਰੀਓ ਅਤੇ ਡਿਟਰੋਇਟ ਨੂੰ ਆਪਸ ਵਿੱਚ ਜੋੜਨਗੇ। ਕੈਨੇਡੀਅਨ ਟ੍ਰਾਂਜ਼ਿਟ ਕੰਪਨੀ ਇਸ ਨਵੇਂ ਸਪੈਨ ਦੇ ਲਈ $1 ਬਿਲੀਅਨ ਖਰਚ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਇਸ ਨਿਰਮਾਣ ਤੋਂ ਸਥਾਨੀ ਸਮੁਦਾਇ ਨੂੰ ਹੋਣ ਵਾਲੀ ਤਕਲੀਫਾਂ ਨੂੰ ਮੈਨੇਜ ਵੀ ਕਰਨਾ ਪਵੇਗਾ। ਪਾਲਿਸੀ ਮੇਕਰਸ ਨੂੰ ਗਾਈਡ ਕਰਨ ਦੇ ਲਈ ਕਲਾਈਮੇਟ ਚੇਂਜ ਉੱਤੇ ਆਪਣੀ ਅਗਲੀ ਰਿਪੋਰਟ ਤਿਆਰ ਕਰਨ ਦੇ ਲਈ UN ਦੀ ਇੱਕ ਬਾਡੀ ਮੌਂਟਰੀਅਲ ਵਿੱਚ ਇਕੱਠਾ ਹੋਈ ਹੈ। ਇੰਟਰ ਗਵਰਨਮੈਂਟਲ ਪੈਨਲ ਦਾ ਇਹ 46ਵਾਂ ਸੈਸ਼ਨ ਐਤਵਾਰ ਤੱਕ ਚੱਲੇਗਾ ਜਿਸ ਤੋਂ ਉਸਦੇ 195 ਸਦੱਸ ਦੇਸ਼ਾਂ ਨੂੰ ਆਪਣੀ ਖੁਦ ਦੀ ਕਲਾਈਮੇਟ ਪਾਲਿਸੀਜ਼ ਬਣਾਉਣ ਵਿੱਚ ਮਦਦ ਮਿਲੇਗੀ। ਆਰਥਿਕ ਵਿਕਾਸ ਦੇ ਨਵੀਨਤਮ ਡੇਟਾ ਵਿੱਚ ਆਕਰਸ਼ਕ ਵਿਸਤਾਰ ਦੇਖ ਕੇ ਬੈਂਕ ਆਫ ਕੈਨੇਡਾ ਨੇ ਆਪਣਾ ਇੰਟਰਸਟ ਰੇਟ 1% ਬੜਾ ਦਿੱਤਾ ਹੈ। ਬੈਂਕ ਨੇ ਕਿਹਾ ਹੈ ਕਿ ਠੋਸ ਰੋਜ਼ਗਾਰ ਅਤੇ ਮਜ਼ਦੂਰੀ ਵਧਣ ਦੀ ਵਜ੍ਹਾ ਨਾਲ ਕੰਜ਼ਿਊਮਰ ਸਪੈਂਡਿੰਗ ਮਜ਼ਬੂਤ ਹੋਈ ਹੈ ਅਤੇ ਬਿਜ਼ਨਸ ਇਨਵੈਸਟਮੈਂਟ ਦੇ ਪ੍ਰਮੁੱਖ ਖੇਤਰਾਂ ਵਿੱਚ ਵੀ ਸੁਧਾਰ ਦੇਖਿਆ ਗਿਆ ਹੈ। ਬੋਇੰਗ ਕੰਪਨੀ ਦੇ ਨਾਲ ਵਿਵਾਦ ਵਧਣ ਦੀ ਵਜ੍ਹਾ ਤੋਂ ਲਿਬਰਲ ਸਰਕਾਰ ਸੁਪਰ ਹੌਰਨੈਟ ਫਾਈਟਰ ਜੈੱਟ ਦਾ ਵਿਕਲਪ ਤਲਾਸ਼ਣ ਲੱਗੀ ਹੈ। ਬਹੁਤ ਸਾਰੇ ਰਿਟਾਇਰਡ ਏਅਰਫੋਰਸ ਆਫੀਸਰਸ ਨੇ ਕਿਹਾ ਹੈ ਕਿ ਆਸਟ੍ਰੇਲੀਆ ਤੋਂ ਯੂਜ਼ ਪਲੇਨਸ ਖਰੀਦਣਾ ਨਵੇਂ ਸੁਪਰ ਹੌਰਨੈਟ ਖਰੀਦਣ ਤੋਂ ਜ਼ਿਆਦਾ ਕੋਸਟ ਇਫੈਕਟਿਵ ਹੋਵੇਗਾ।
ਸਪੈਨਿਸ਼ ਭਾਸ਼ਾ ਦੀ ਇੱਕ ਪ੍ਰੈਸ ਦੁਆਰਾ ਕੈਨੇਡਾ ਦੀ ਇਮੀਗ੍ਰੇਸ਼ਨ ਸਿਸਟਮ ਦੇ ਬਾਰੇ ਗਲਤ ਜਾਣਕਾਰੀ ਫੈਲਾਏ ਜਾਣ ਵਿੱਚ ਸੁਧਾਰ ਕਰਨ ਦੇ ਲਈ ਲਿਬਰਲ ਦਾ ਇੱਕ MP ਲਾਸ ਏਂਜਲਸ ਜਾ ਰਿਹਾ ਹੈ। ਇਸ ਗਲਤ ਛਪੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਕੈਨੇਡੀਅਨ ਸਰਕਾਰ US ਵਿੱਚ ਰਹਿਣ ਵਾਲੇ ਹੋਂਡੂਰੈਂਸ ਦਾ ਟੈਂਪਰੇਰੀ ਪ੍ਰੋਟੈਕਸ਼ਨ ਸਟੇਟਸ ਦੇ ਨਾਲ ਸਵਾਗਤ ਕਰਨ ਦੇ ਲਈ ਤਿਆਰ ਹਨ। ਬਿਲਡਿੰਗ ਮਟੀਰੀਅਲ ਦੀ ਵੱਧਦੀ ਮੰਗ ਤੋਂ ਵਾਈਟ ਹਾਊਸ ਉੱਤੇ ਕੈਨੇਡਾ ਦੇ ਨਾਲ ਚੱਲ ਰਹੇ ਸੌਫਟਵੁੱਡ ਲੰਬਰ ਵਿਵਾਦ ਦਾ ਸਮਾਧਾਨ ਕੱਢਣ ਦਾ ਦਬਾਅ ਵਧੇਗਾ। ਇੱਕ ਸੀਨੀਅਰ ਬੈਂਕ ਇਕਨੋਮਿਸਟ ਬ੍ਰੈਟ ਹਾਊਸ ਦਾ ਕਹਿਣਾ ਹੈ ਕਿ ਹਰੀਕੇਨ ਹਾਰਵੀ ਤੋਂ ਬਰਬਾਦ ਹੋਏ ਹਿਊਸਟਨ ਦੇ ਪੁਨਰ ਨਿਰਮਾਣ ਦੇ ਲਈ ਕਾਫੀ ਲੱਕੜੀ ਦੀ ਜ਼ਰੂਰਤ ਪਵੇਗੀ, ਜੋ ਕਿ ਕੈਨੇਡਾ ਤੋਂ ਆਯਾਤ ਕਰਨੀ ਪਵੇਗੀ। ਪ੍ਰੈਮੀਅਰ ਕੈਥਰੀਨ ਵਿਨ ਨੇ ਘੋਸ਼ਣਾ ਕੀਤੀ ਹੈ ਕਿ ਸਰਕਾਰ ਮੈਥਸ ਉੱਤੇ ਧਿਆਨ ਦਿੰਦੇ ਹੋਏ ਸਕੂਲ ਕਰੀਕੁਲਮ ਨੂੰ ਆਧੁਨਿਕ ਬਣਾਉਣ ਦੇ ਲਈ ਸਾਰਵਜਨਿਕ ਵਿਚਾਰ ਵਿਮਰਸ਼ ਕਰੇਗੀ। ਇੱਕ ਨਵੇਂ ਓਨਟੇਰੀਓ ਕਰੀਕੁਲਮ ਵਿੱਚ ਕਮਿਊਨੀਕੇਸ਼ਨ, ਪ੍ਰੋਬਲਮ ਸੋਲਵਿੰਗ, ਕ੍ਰਿਟੀਕਲ ਥਿੰਕਿੰਗ, ਕ੍ਰੀਏਟਿਵਿਟੀ ਅਤੇ ਗਲੋਬਲ ਸਿਟੀਜ਼ਨਸ਼ਿਪ ਵਰਗੇ ਜੀਵਨ ਹੁਨਰ ਨੂੰ ਵਧਾਉਣ ਵਾਲੇ ਵਿਸ਼ਿਆਂ ਉੱਤੇ ਜ਼ਿਆਦਾ ਧਿਆਨ ਦਿੱਤਾ ਜਾਵੇਗਾ। ਇਸੇ ਦੇ ਨਾਲ ਸਾਡਾ ਨਿਊਜ਼ ਬੁਲੇਟਿਨ ਹੁਣ ਸਮਾਪਤ ਹੁੰਦਾ ਹੈ, ਪਰ ਤੁਸੀਂ ਇੰਡੀਅਨ ਟਾਈਮਸ ਡੇਲੀ 'ਤੇ ਲੌਕਡਾਊਨ ਰਹੋ, ਕਿਉਂਕਿ ਅੱਗੇ ਅਸੀਂ ਲੈ ਕੇ ਆ ਰਹੇ ਹਾਂ ਬਾਲੀਵੁੱਡ ਦੀਆਂ ਖਬਰਾਂ। ਇਸ ਤੋਂ ਇਲਾਵਾ ਹੁਣ ਇਸ ਪੋਰਟਲ 'ਤੇ ਤੁਸੀਂ ਅਕਾਊਂਟਿੰਗ ਫਰਮ ਤੋਂ ਲੈ ਕੇ ਵੈਡਿੰਗ ਪਲਾਨਰਸ ਤੱਕ ਦੇ ਸਾਰੇ ਕੈਨੇਡੀਅਨ ਬਿਜ਼ਨਸਿਸ ਅਤੇ ਰਿਸੋਰਸਿਸ ਨੂੰ ਲੱਭ ਸਕਦੇ ਹਨ। ਇੰਡੀਅਨ ਟਾਈਮਸ ਡੇਲੀ ਵਿੱਚ ਅਸੀਂ ਸਾਰੇ ਚਾਹੁੰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਸ਼ੁਭ ਅਤੇ ਖੁਸ਼ਗਵਾਰ ਗੁਜ਼ਰੇ। Get the mortgage that's best for you from Abdul Kaiser, Principal Broker of Ingenious Mortgages. We offer first and second mortgages and refinancing. We deal with multiple lenders. We also conduct the REMIC course and exam to become a mortgage agent in just 1 week at our location. Call us at 416-887-9196 or log on to www.ingeniousmortgages.ca. Forget all the controversies that Kangana has drowned herself into of late. Here is the lady all dolled up as a bride for ace designer Sabya Sachi. Kangana during her recent interviews had said how she wishes to get married soon, and now check her out how beautiful and elegant the lady is looking in the bridal avatar. Take a look at her latest photo shoot images as shared by Sabya Sachi, where Kangana made a royal bride. Look who else is slaying with her sexiness and seduction. Just yesterday, Priyanka left hometown and was spotted at the airport, travelling to Toronto to attend the Toronto International Film Festival, accompanied with mother Madhu Chopra. Now, some photographs from her latest shoot has gone viral. Check out the sexy lady here. Make your choices, Kangana the bride or Priyanka the seductive princess. Welcome to the Field Fresh Supermarket. One-stop shop for fresh vegetables, fruits, bakery products, Indian and Chinese grocery and much more. Visit us today at 5661 Steeles Avenue East in Scarborough, major intersection Steeles and Middlefield. Check out our weekly flyers. Field Fresh Supermarket, always fresh. Actor Randeep Hooda was seen with members of NGO Afraz cleaning up the Juhu beach here on Wednesday morning, a day after Ganeshotsav immersions. In a series of photographs, the highway actor is seen sporting a saffron-coloured turban paired with a black t-shirt and blue jeans while cleaning up the beach. According to a source close to the actor, Randeep, who lives in Versova area, has been quite active with Afraz. This is not the first time a Bollywood celebrity has campaigned for the beach cleanup. Last month, actress Diya Mirza, along with her producer husband Sahil Sangha, was seen cleaning the beach. Even actress Sonakshi Sinha campaigned for it. On the acting front, Randeep was last seen on the silver screen in the superstar Salman Khan star as Sultan. He will next be seen in Battle of Saragari, directed by Rajkumar Santoshi. The film is based on the Battle of Saragari that took place in 1897 between the British Indian Army and the Afghan Orakzai tribesmen in the Northwest Frontier Province.